ਸਰ ਪਹਿਲਾਂ ਤਾਂ ਆਪਣਾ ਨਾਮ ਦੱਸ ਦਿਓ ਸਾਡੇ ਦਰਸ਼ਕਾਂ ਨੂੰ। ਚੇਤਨ ਸੂਦ। ਚੇਤਨ ਜੀ ਕੀ ਕੰਮ ਕਰਦੇ ਤੁਸੀਂ? ਵਪਾਰੀ ਹਾਂ ਜੀ। ਵਪਾਰੀ ਏਜੰਸੀ ਲਾਈਨ 'ਚ? ਏਜੰਸੀ ਲਾਈਨ ਦੇ ਵਿੱਚ। ਚੇਤਨ ਜੀ, ਇੱਕ ਵਪਾਰੀਆਂ ਦੀ ਜਿਹੜੀ ਮੁੱਖ ਮੰਗਾਂ ਨੇ ਉਹ ਕੀ ਕੁਛ ਹੈਗੀਆਂ ਨੇ ਜਿਸ 'ਤੇ ਉਹ ਡਿਮਾਂਡ ਰੱਖਦੇ ਨੇ, ਜਾਂ ਫਿਰ ਸਰਕਾਰ ਕੋਲੋਂ ਜਾਂ ਫਿਰ ਆਪਣੇ ਸਮਾਜ ਕੋਲੋਂ? ਦੇਖੋ, ਵਪਾਰੀ ਤਾਂ ਬਹੁਤ ਦੁਖੀ ਹੈ। ਜਿਹੜਾ ਸੰਗਠਨ ਜਾਂ ਜਿਹੜਾ ਵੀ ਨੇਤਾ ਬਣਦਾ ਉਹ ਆਪਣੀ ਸਰਕਾਰ 'ਤੇ ਐਜੀਟੇਸ਼ਨ ਕਰਦਾ, ਪਹਿਲਾਂ ਬਾਜ਼ਾਰ ਬੰਦ ਕਰਾਉਂਦਾ, ਵਪਾਰੀ ਉਹਦੇ ਨਾਲ ਬਹੁਤ ਡਿਸਟਰਬ ਹੁੰਦਾ। ਅਤੇ ਅਸੀਂ ਸਰਕਾਰ ਕੋਲ ਮੰਗ ਰੱਖਾਂਗੇ ਕਿ ਜਿਸ ਦਿਨ ਵੀ ਕੋਈ ਵੀ ਸੰਗਠਨ ਬਾਜ਼ਾਰ ਬੰਦ ਕਰਾਵੇ ਤਾਂ ਸਰਕਾਰ ਨੂੰ ਕੋਈ ਨਾ ਕੋਈ ਇੱਦਾਂ ਰੂਲ ਬਣਾਉਣਾ ਚਾਹੀਦਾ ਕਿ ਵਪਾਰੀ ਨੂੰ ਉਹਦਾ ਨੈੱਟ ਸਿੱਧਾ ਹੀ ਬੈਨੀਫਿਟ ਆਵੇ, ਜਿਹਦੇ ਨਾਲ ਵਪਾਰੀ ਆਪਣਾ ਜਿਹੜਾ ਨੁਕਸਾਨ ਹੁੰਦਾ ਵਪਾਰੀ ਦਾ ਉਹ ਨਾ ਹੋਵੇ। ਮਹਾਜਨ ਸਾਹਿਬ, ਜਿਹੜੇ ਦੁਕਾਨਦਾਰ ਨੇ ਉਹਨਾਂ ਦੀ ਸਰਕਾਰ ਕੋਲੋਂ ਜਾਂ ਸਮਾਜ ਕੋਲੋਂ ਕੀ ਕੁਛ ਮੁੱਖ ਮੰਗਾਂ ਨੇ? ਆਪਣੇ ਦੁਕਾਨਦਾਰ ਭਰਾ ਸਰਕਾਰਾਂ ਤੋਂ ਇਹੀ ਮੰਗਦੇ ਆ ਕਿ ਜਿੱਦਾਂ ਸਾਨੂੰ ਵੀ ਕੋਈ ਪੈਨਸ਼ਨ, ਸਮਾਜ ਦੇ ਜਿਹੜੇ ਵਪਾਰੀ ਵਰਗ ਹੈਗਾ ਵਾ ਉਹਨਾਂ ਨੂੰ ਵੀ ਕੋਈ 60 ਸਾਲ ਦੀ ਆਈ ਤੋਂ ਬਾਅਦ ਜਿੰਨੀ ਉਮਰ ਉਹ ਕੰਮ ਕਰਦਾ, ਕੋਈ ਚਾਹ ਵੇਚਦਾ, ਕੋਈ ਠੇਲਾ ਲਗਾਉਂਦਾ, ਕੋਈ ਦੁਕਾਨ ਕਰਦਾ, ਕੋਈ ਵੱਡੀ ਦੁਕਾਨ ਕਰਦਾ, ਉਹਨਾਂ ਨੂੰ ਵੀ ਕੋਈ ਪੈਨਸ਼ਨ ਦਾ ਜਿਹੜਾ ਹੈਗਾ ਵਾ ਮੁਹੱਈਆ ਹੋਵੇ, ਉਹਨਾਂ ਦੀ ਕੋਈ ਇੱਦਾਂ ਹੀ ਵਿਵਸਥਾ ਰਹੇ ਕਿ 60 ਸਾਲ ਬਾਅਦ ਉਹ ਸਾਰਾ ਜੀਵਨ ਆਪਣਾ ਟੈਕਸ ਦਿੰਦਾ, ਕਿਸੇ ਨਾ ਕਿਸੇ ਰੂਪ ਵਿੱਚ ਟੈਕਸ ਦਿੰਦਾ ਉਹ। ਅਤੇ 60 ਸਾਲ ਦੀ ਆਈ ਤੋਂ ਬਾਅਦ ਜਦੋਂ ਕੰਮ ਕਰਨ ਲਈ ਲੱਗਦਾ ਕਿ ਉਹ ਲੱਗਦਾ ਕਿ ਮੈਂ ਅਸਹਾਏ ਹੋ ਗਿਆ, ਸਮਰਥ ਹੋ ਗਿਆ, ਅਤੇ ਉਹਨੂੰ ਵੀ ਆਪਣਾ ਜੀਵਨ ਵਗੈਰਾ ਲਈ ਕੁਛ ਜੀਵਨ ਪੱਤਾ ਜਿੱਦਾਂ ਬਾਕੀ ਸਾਰੇ ਮਿਲਦਾ ਉਹਨਾਂ ਨੂੰ ਵੀ ਮਿਲਣਾ ਚਾਹੀਦਾ, ਮੇਰਾ ਤਾਂ ਇਹੀ ਕਹਿਣਾ। ਭਾਈ ਸਾਹਿਬ, ਪਹਿਲਾਂ ਆਪਣੀ ਪਛਾਣ ਦੱਸ ਦਿਓ ਸਾਡੇ। ਮੈਂ ਜੀ ਵਿਨੀਤ ਸ਼ੰਕਰ ਸੂਦ, ਮੇਰਾ ਨਾਮ ਹੈ, ਮੈਂ ਇੱਥੇ ਗਊਸ਼ਾਲਾ ਬਾਜ਼ਾਰ ਦੇ ਸਾਹਮਣੇ ਮੇਰੀ ਦੁਕਾਨ ਹੈ। ਸੋ ਸਾਹਿਬ, ਜਿਹੜੇ ਦੁਕਾਨਦਾਰ ਨੇ, ਜਿਹੜੇ ਵਪਾਰੀ ਵਰਗ ਨੇ, ਉਹਨਾਂ ਦੀਆਂ ਮੁੱਖ ਮੰਗਾਂ ਜਿਹੜੀਆਂ ਸਰਕਾਰ ਤੋਂ ਜੇ ਸਮਾਜ ਤੋਂ ਕੀ ਉਮੀਦ ਤੁਸੀਂ ਰੱਖਦੇ ਹੋ, ਕੀ ਕੁਛ ਤੁਹਾਨੂੰ ਫੈਸਿਲਿਟੀ ਮਿਲਣੀ ਚਾਹੀਦੀ? ਸਰਕਾਰ ਤੋਂ ਸਾਨੂੰ ਕੋਈ ਵੀ ਸਹੂਲਤ ਨਹੀਂ ਮਿਲਦੀ ਹੈਗੀ ਸਾਨੂੰ। ਅਸੀਂ ਇੰਨਾ ਇੰਨਾ ਟੈਕਸ ਜਮ੍ਹਾਂ ਕਰਾਉਂਦੇ ਹੈਗੇ ਹਾਂ ਹਰ ਮਹੀਨੇ, ਇੰਨਾ ਇੰਨਾ GST ਵੀ ਜਮ੍ਹਾਂ ਕਰਾਈਦਾ ਹੈਗਾ, ਉਸ ਤੋਂ ਬਾਅਦ ਇਨਕਮ ਟੈਕਸ ਵੀ ਦਿੰਦੇ ਹਾਂ, ਉਹਦੇ ਹਿਸਾਬ ਨਾਲ ਸਾਨੂੰ ਕੁਛ ਨਾ ਕੁਛ ਜ਼ਰੂਰ ਗੌਰਮੈਂਟ ਵੱਲੋਂ ਸੁਵਿਧਾਵਾਂ ਦੇਣੀਆਂ ਚਾਹੀਦੀਆਂ ਹੈਗੀਆਂ। ਠੀਕ ਹੈ, ਜਿਵੇਂ ਕੋਈ ਇੱਕ ਅੱਧੀ ਸੁਵਿਧਾ ਤੁਸੀਂ ਗਿਣਾ ਸਕਦੇ? ਜਿਵੇਂ ਕਿ ਜਦੋਂ ਬੰਦਾ ਬੁਢਾਪੇ ਦੇ ਵਿੱਚ ਜਾਂਦਾ ਹੈਗਾ, ਬੰਦਾ ਇੰਨੇ ਸਾਲ 'ਚ ਸਾਰੀ ਜ਼ਿੰਦਗੀ ਬੰਦੇ ਨੇ ਇੰਨਾ ਇੰਨਾ ਟੈਕਸ ਦਿੱਤਾ ਹੈਗਾ, ਟੈਕਸ ਦੇ ਰਿਬੇਟ ਦੇ ਵਿੱਚ ਸਾਨੂੰ ਵੀ ਕੋਈ ਥੋੜ੍ਹੀ ਬਹੁਤੀ ਪੈਨਸ਼ਨ ਲਗਾਉਣੀ ਚਾਹੀਦੀ ਹੈਗੀ ਹੈ। ਹਾਂਜੀ ਸਰ, ਪਹਿਲਾਂ ਆਪਣੀ ਪਛਾਣ ਦੱਸ ਦਿਓ ਸਾਡੇ ਦਰਸ਼ਕਾਂ ਨੂੰ। ਸੋਨੂੰ ਕਰਨਾ ਸਟੋਰ ਸਗਾ ਅਫਗਾਨ ਰੋਡ ਹੁਸ਼ਿਆਰਪੁਰ। ਠੀਕ ਹੈ ਲਾ ਜੀ, ਕੀ ਕੁਛ ਜਿਹੜੀਆਂ ਮੁੱਖ ਮੰਗਾਂ, ਜਿਹੜੇ ਇੱਕ ਦੁਕਾਨਦਾਰ ਦੀ ਉਮੀਦ ਕੀ ਹੁੰਦੀ ਹੈ ਸਮਾਜ ਤੋਂ ਜਾਂ ਸਰਕਾਰ ਤੋਂ, ਤੁਸੀਂ ਕੀ ਉਮੀਦ ਰੱਖਦੇ? ਸਾਡੀ ਮੰਗ ਹੈ 60 ਸਾਲ ਤੋਂ ਬਾਅਦ ਦੁਕਾਨਦਾਰ ਨੂੰ ਵੀ 10 ਰੁਪਏ ਪੈਨਸ਼ਨ ਚਾਹੀਦੀ ਘੱਟੋ ਘੱਟ। ਨੰਬਰ 2 ਦੇ ਉੱਤੇ ਜਦੋਂ ਵੀ ਕੋਈ ਦੁਕਾਨ ਬੰਦ ਕਰਾਉਣਾ ਤਾਂ ਸਾਡੇ ਉਦੋਂ ਦੁਕਾਨਾਂ ਬੰਦ ਹੁੰਦੀਆਂ, ਸਾਨੂੰ ਉਦੋਂ ਦਾ ਪਤਾ ਨਹੀਂ, ਸਾਡਾ ਖਰਚਾ ਤਾਂ ਬਰਕਰਾਰ ਰਹਿੰਦਾ, ਬਿਜਲੀ ਬਿੱਲ ਆਉਂਦੇ ਆ। ਇੱਕ ਦੁਕਾਨਦਾਰਾਂ ਦੇ ਬਿਜਲੀ ਮਾਫ਼ ਕਰਨਾ ਚਾਹੀਦਾ, ਛੋਟੇ ਦੁਕਾਨਦਾਰਾਂ ਦਾ ਬਿਜਲੀ ਬਿੱਲ ਮਾਫ਼ ਹੋਣਾ ਚਾਹੀਦਾ ਹੈ। ਠੀਕ ਹੈ, ਬਿਜਲੀ ਦਾ ਬਿੱਲ ਮਾਫ਼ ਹੋਵੇ ਤਾਂ ਪੈਨਸ਼ਨ ਮਿਲੇ। ਹਾਂਜੀ ਹਾਂਜੀ, ਇਹ 2 ਚੀਜ਼ਾਂ। ਹਾਂਜੀ ਹਾਂਜੀ ਸਰ, ਪਹਿਲਾਂ ਆਪਣੀ ਪਛਾਣ ਸਾਡੇ ਦਰਸ਼ਕਾਂ ਨੂੰ ਦੱਸ ਦਿਓ। ਮੇਰਾ ਨਾਮ ਸੁਖਜੀਤ ਸਿੰਘ ਜੀ। ਹਾਂਜੀ ਸੁਖਜੀਤ ਜੀ, ਇੱਕ ਦੁਕਾਨਦਾਰ ਦੀ ਸਮਾਜ ਤੋਂ ਜਾਂ ਸਰਕਾਰ ਤੋਂ ਕੀ ਕੁਛ ਉਮੀਦਾਂ ਹੁੰਦੀਆਂ ਨੇ? ਦੇਖੋ ਜੀ, ਉਮੀਦਾਂ ਤਾਂ ਕਾਫ਼ੀ ਆ ਜਦੋਂ ਅਸੀਂ ਸਰਕਾਰ ਨੂੰ ਕਾਫ਼ੀ ਕੁਛ ਦਿੰਦੇ ਹਾਂ, ਆਫਟਰਆਲ ਅਸੀਂ ਇੱਕ ਵਪਾਰੀ ਬੰਦੇ ਹਾਂ, ਅਤੇ ਸਾਡੀ ਵੀ ਰਿਵਰਸ ਦੇ ਵਿੱਚ ਹੁੰਦਾ ਕਿ ਸਾਨੂੰ ਵੀ ਸਰਕਾਰ ਬੜਾ ਕੁਛ ਦੇਵੇ। ਨੋਰਮਲੀ ਤੁਹਾਨੂੰ ਬੇਸਿਕ ਚੀਜ਼ਾਂ ਦਾ ਤਾਂ ਨੋਰਮਲੀ ਪਤਾ ਹੀ ਹੁੰਦਾ ਹਰੇਕ ਨੂੰ, ਸੋ ਸਾਡੀਆਂ ਤਾਂ ਪਹਿਲਾਂ ਬੇਸਿਕ ਲੋੜਾਂ ਹੀ ਨਹੀਂ ਪੂਰੀਆਂ ਹੁੰਦੀਆਂ ਦੁਕਾਨਦਾਰਾਂ ਦੀਆਂ। ਅਤੇ ਉਸ ਤੋਂ ਬਾਅਦ ਜਦੋਂ ਵੀ ਕਦੀ ਹੁਣ ਜਿੱਦਾਂ ਨੋਰਮਲੀ ਭਾਈ ਸਾਹਿਬ ਨੇ ਵੀ ਗੱਲ ਕੀਤੀ ਕਿ ਦੁਕਾਨਾਂ ਬੰਦ ਹੁੰਦੀਆਂ, ਉਹ 'ਚ ਵਪਾਰੀ ਤਬਕਾ ਜਲਦੀ ਪਿੱਟਦਾ ਵਿਚਾਰਾ ਜੀ, ਕਿਉਂਕਿ ਨੁਕਸਾਨ ਹੁੰਦਾ ਵਪਾਰੀ ਦਾ ਜਦੋਂ ਵੀ ਕਦੀ ਬਾਜ਼ਾਰ ਬੰਦ ਹੁੰਦੇ ਆ। ਹਾਂਜੀ, ਕਿਉਂਕਿ ਛੋਟੇ ਜਿਹੜੇ ਸਾਡੇ ਕੋਲ ਲੇਬਰ ਵੀ ਕੰਮ ਕਰਦੀ ਆ, ਉਹਨਾਂ ਨੂੰ ਵੀ ਦਿੱਕਤ ਆਉਂਦੀ ਆ ਜੀ, ਕਿਉਂਕਿ ਵਪਾਰੀ ਜੇ ਪੈਸੇ ਕਮਾਊਗਾ ਤਾਂ ਹੀ ਕਿਸੇ ਨੂੰ ਅੱਗੇ ਡਿਸਟ੍ਰੀਬਿਊਟ ਕਰੂੰਗਾ ਨਾ ਜੀ। ਸੋ ਇਸ ਤਰੀਕੇ ਦੀ ਪ੍ਰੋਬਲਮਸ ਕਾਫ਼ੀ ਆਉਂਦੀਆਂ, ਅਤੇ ਬਾਕੀ ਅਸੀਂ ਵੀ ਸਰਕਾਰ ਦੇ ਅੱਗੇ ਇਹੀ ਕਹਿੰਦੇ ਹਾਂ ਕਿ ਜੇ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਆਪਸ ਦੇ ਵਿੱਚ ਬਹਿ ਕੇ ਸੁਲਝਾਓ, ਉਹਦੇ ਮੁਤਾਬਕ ਤੁਸੀਂ ਆਮ ਦੁਕਾਨਦਾਰ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਕਿਸੇ ਵੀ ਤਰੀਕੇ ਨਾਲ। ਹਾਂਜੀ, ਬੰਦ ਦੌਰਾਨ ਦੁਕਾਨ ਬੰਦ ਨਹੀਂ ਹੋਣੀ ਚਾਹੀਦੀ ਹੈ, ਜਾਂ ਕਿਸੇ ਵੀ ਤਰੀਕੇ ਦੀ ਜਿਹੜਾ ਪ੍ਰੋਬਲਮ ਆ ਰਹੀ ਹੈ ਉਹ ਸਰਕਾਰ ਤੱਕ ਸੋਲਿਊਸ਼ਨ ਨਿਕਲ ਜਾਣਾ ਚਾਹੀਦਾ। ਸਰ, ਇਸ ਦੇ ਇਲਾਵਾ ਤੁਸੀਂ ਜਿਹੜੀਆਂ ਮੂਲਭੁਤ ਸੁਵਿਧਾਵਾਂ ਜੇ ਕਹਿੰਦੇ ਕਿ ਕੁਛ ਮੁੱਖ ਮੰਗਾਂ ਵੀ ਰੱਖਦੇ ਹਾਂ, ਉਸ ਦੇ ਵਿਚਕਾਰ ਤੁਸੀਂ ਜੇ ਕਈ ਦੁਕਾਨਦਾਰ ਕਹਿ ਰਹੇ ਕਿ ਪੈਨਸ਼ਨ ਵੀ ਲੱਗਣਾ ਚਾਹੀਦਾ, ਬਿਜਲੀ ਦੇ ਬਿੱਲ ਦੇ ਵਿੱਚ ਸਬਸਿਡੀ ਵੀ ਮਿਲਣੀ ਚਾਹੀਦੀ ਹੈ, ਕੀ ਤੁਸੀਂ ਉਹਨਾਂ ਦੇ ਨਾਲ ਸਹਿਮਤ ਹੁੰਦੇ ਹੋ? ਹਾਂਜੀ ਹੁੰਦੇ ਹਾਂ ਜੀ।
ਨੋਰਮਲੀ ਹੋਣਾ ਚਾਹੀਦਾ ਆ, ਬਲਕਿ ਇੱਕ ਦੁਕਾਨਦਾਰ ਸਾਰੀ ਉਮਰ ਭਰ ਆਪਣੇ ਟੈਕਸ ਦੇ ਵਿੱਚੋਂ ਕੱਟ ਕੇ ਸਰਕਾਰ ਨੂੰ ਪੈਸਾ ਦਿੰਦਾ ਆ, ਅਤੇ ਰਿਵਰਸ ਦੇ ਵਿੱਚ ਉਹਨੂੰ ਨਹੀਂ ਨਾ ਇੰਨਾ ਕੁਛ ਮਿਲਦਾ, ਅਤੇ ਉਹਨੂੰ ਵੀ ਪੈਨਸ਼ਨ ਲੱਗਣੀ ਚਾਹੀਦੀ ਹੈ, ਜਿਸਦੀ ਏਜ ਤੱਕ ਉਹ ਕੰਮ ਕਰ ਸਕਦਾ ਆ ਉਨੀ ਏਜ ਤੱਕ ਅਗਲੇ ਨੂੰ ਪੈਸਾ ਮਿਲੇ, ਜੇ ਅਗਲਾ ਸਰਕਾਰ ਨੂੰ ਦਿੰਦਾ ਤਾਂ ਸਰਕਾਰ ਵੀ ਉਹਨੂੰ ਰਿਵਰਸ ਦੇ ਵਿੱਚ ਦੇਵੇ ਨੇ। ਸਰ ਪਹਿਲਾਂ ਤਾਂ ਆਪਣੀ ਪਛਾਣ ਸਾਡੇ ਦਰਸ਼ਕਾਂ ਨੂੰ ਦੱਸ। ਮੇਰਾ ਨਾਮ ਸੁਹਾਸ ਰਾਜਨ ਧੀਰ ਹੈ ਜੀ, ਗਊਸ਼ਾਲਾ ਵਿਹਾਰ ਹੁਸ਼ਿਆਰਪੁਰ ਚ ਸ਼ੋਪ ਹੈਗੀ ਹੈ ਜੀ ਮੇਰੇ ਬ੍ਰਦਰ ਦੀ, ਮੈਂ ਉੱਥੇ ਬੈਠਾ। ਦੱਸ ਧੀਰ ਸਾਹਿਬ, ਇੱਕ ਦੁਕਾਨਦਾਰ ਦੀ ਸਮਾਜ ਤੋਂ ਜਾਂ ਸਰਕਾਰ ਤੋਂ ਕੀ ਕੁਛ ਉਮੀਦਾਂ ਰਹਿੰਦੀਆਂ ਜਿਸ 'ਤੇ ਅੱਜ ਕੱਲ੍ਹ ਜਾਂ ਅੱਜ ਤੱਕ ਕੰਮ ਨਹੀਂ ਹੋ ਸਕੇ? ਦੇਖੋ, ਉਮੀਦ ਦੁਕਾਨਦਾਰ ਨੂੰ ਕੀ ਹਰ ਵਰਗ ਨੂੰ ਹੈਗੀ ਹੈ ਸਰਕਾਰ ਤੋਂ, ਪਰ ਕੁਸ਼ਚਨ ਆਹ ਆ ਕਿ ਦੁਕਾਨਦਾਰ ਨੂੰ ਸਰਕਾਰ ਦਿੰਦੀ ਕੀ ਪਈ ਹੈ, ਜਦਕਿ ਦੁਕਾਨਦਾਰ ਜੋ ਕਮਾਉਂਦਾ ਉਹਦਾ ਟੈਕਸ ਵੀ ਦਿੰਦਾ ਹੈਗਾ, ਸਰਕਾਰ ਕੀ ਸਹੂਲਤ ਦਿੰਦੀ? ਕੋਈ ਸਰਕਾਰ ਨੇ ਅੱਜ ਤੱਕ ਕੋਈ ਵੀ ਸਹੂਲਤ ਕਿਸੇ ਵੀ ਦੁਕਾਨਦਾਰ ਨੂੰ ਨਹੀਂ ਦਿੱਤੀ ਹੈਗੀ, ਸਿਰਫ ਲੈਣਾ ਜਾਂਦੀ ਹੈ ਸਰਕਾਰ, ਦੇਣਾ ਨਹੀਂ। ਜਦਕਿ ਚਾਹੀਦਾ ਹੈ ਜਦੋਂ ਵੀ ਬੰਦ ਹੁੰਦਾ ਜਾਂ ਕੋਈ ਵੀ ਕਮਿਊਨਿਟੀ ਆ ਕੇ ਬਾਜ਼ਾਰ ਬੰਦ ਕਰਾਉਂਦੀ ਹੈ, ਇਹਦਾ ਨੁਕਸਾਨ ਦੁਕਾਨਦਾਰ ਨੂੰ, ਆਮ ਜਨਤਾ ਨੂੰ, ਸਾਰਿਆਂ ਨੂੰ ਮਿਲਦਾ। ਕੀ ਉਹਦਾ ਕੋਈ ਹਰਜਾਨਾ ਸਰਕਾਰ ਦਿੰਦੀ? ਅੱਜ ਤੱਕ ਕਿਸੇ ਨੇ ਨਹੀਂ ਦਿੱਤਾ। ਫਿਰ ਇਹ ਕਹਿੰਦੇ ਆ ਕਿ ਬਾਹਰਲਾ ਟ੍ਰੈਂਡ ਅਸੀਂ ਚਲਾਉਣਾ ਜੀ ਇੰਡੀਆ ਦੇ ਵਿੱਚ, ਜੇ ਬਾਹਰਲਾ ਟ੍ਰੈਂਡ ਇੰਡੀਆ ਵਿੱਚ ਚਲਾਉਣਾ, ਸਾਡੇ ਕੋਲ ਤੁਸੀਂ ਟੈਕਸ ਲੈ ਰਹੇ ਹਾਂ, ਟੈਕਸ ਵਸੂਲ ਕਰ ਰਹੇ, ਕੀ ਤੁਸੀਂ ਸਾਡੀ ਰਿਟਾਇਰਮੈਂਟ ਤੋਂ ਬਾਅਦ ਸਾਨੂੰ ਕੋਈ ਵੀ ਪੈਨਸ਼ਨ ਲਗਾਉਂਦੇ ਹਾਂ, ਕੋਈ ਮੈਡੀਕਲ ਸਹੂਲਤ ਦਿੰਦੇ ਹਾਂ? ਨਹੀਂ, ਕੁਛ ਨਹੀਂ। ਹਾਂ, ਬਾਹਰਲਾ ਟ੍ਰੈਂਡ ਸਾਰਾ ਲਿਆਉਣਾ, ਪਰ ਲੈਣ ਵਾਲਾ, ਦੇਣ ਵਾਲਾ ਟ੍ਰੈਂਡ ਕੋਈ ਵੀ ਨਹੀਂ। ਸੋ ਇੱਕ ਵੱਡੀ ਮੰਗ ਕਰ ਰਹੇ ਕਿ ਜੇ ਬਾਹਰਲਾ ਟ੍ਰੈਂਡ ਪੰਜਾਬ 'ਚ ਆਉਂਦਾ ਜਾਂ ਇੰਡੀਆ ਦੇ ਵਿੱਚ ਆਉਂਦਾ, ਤਾਂ ਉਸਦੇ ਵਿੱਚ ਸਿੱਕੇ ਦੇ ਦੋਨੇ ਪਹਿਲੂ 'ਤੇ ਕੰਮ ਹੋਣ, ਕਿ ਲੈਣ ਦਾ ਵੀ ਅਤੇ ਦੇਣ ਦਾ ਵੀ, ਕਿਉਂਕਿ ਹੈਲਥ ਸਿਸਟਮ ਦੀ ਗੱਲ ਕੀਤੀ ਹੈ ਅਤੇ ਹੈਲਥ ਸੈਕਟਰ ਦੇ ਵਿੱਚ ਕਿੰਨੀ ਕੁ ਕ੍ਰਾਂਤੀ ਆ ਰਹੀ ਹੈ, ਜਾਂ ਫਿਰ ਦੁਕਾਨਦਾਰਾਂ ਨੂੰ ਜੇ ਪੈਨਸ਼ਨ ਦੀ ਗੱਲ ਕੀਤੀ ਜਾ ਰਹੀ ਹੈ ਰਿਟਾਇਰਮੈਂਟ ਤੋਂ ਬਾਅਦ, ਉਹਨਾਂ ਦੀ ਲਾਈਫ ਕਿੰਨੀ ਕੁ ਸੁਖਦ ਹੁੰਦੀ ਹੈ, ਇਸ 'ਤੇ ਵੀ ਚਰਚਾ ਲਗਾਤਾਰ ਜਾਰੀ ਰਹੇਗੀ। ਭਾਈ ਸਾਹਿਬ, ਪਹਿਲਾਂ ਤਾਂ ਆਪਣੀ ਪਛਾਣ ਸਾਡੇ ਦਰਸ਼ਕਾਂ ਨੂੰ ਦੱਸ ਦਿਓ। ਮੈਂ ਗੋਸ਼ਾਲਾ ਬਾਜ਼ਾਰ ਜੀ, ਚਾਵਲਾ ਨਕਿੰਗ ਸਟੋਰ ਤੋਂ, ਸਾਡਾ ਬਿਜ਼ਨਸ ਹੈਗਾ ਗਰੋਸਰੀ ਦਾ। ਠੀਕ ਹੈ, ਅਤੇ ਚਾਵਲਾ ਸਾਹਿਬ, ਇੱਕ ਦੁਕਾਨਦਾਰ ਦੀ ਜਾਂ ਇੱਕ ਵਪਾਰੀ ਦੀ ਸਮਾਜ ਤੋਂ ਅਤੇ ਸਰਕਾਰ ਤੋਂ ਕੀ ਕੁਛ ਉਮੀਦਾਂ ਹੁੰਦੀਆਂ ਨੇ? ਦੇਖੋ ਜੀ, ਵਪਾਰ ਦੇ ਵਿੱਚ ਬਿਜ਼ਨਸਮੈਨ ਟੈਕਸ ਦਿੰਦਾ ਸਰਕਾਰ ਨੂੰ, ਅਤੇ ਉਹਦੇ ਬਦਲੇ ਸਰਕਾਰ ਤੋਂ ਕੁਛ ਉਮੀਦ ਰੱਖਦਾ, ਪਰ ਮਿਲਦਾ ਕੁਛ ਨਹੀਂ ਵਪਾਰੀ ਨੂੰ, ਅੱਜ ਤੱਕ ਕੁਛ ਨਹੀਂ ਮਿਲਿਆ ਇਸ ਤੱਕ। ਅਤੇ ਕਿਸਾਨਾਂ ਨੂੰ ਮਿਲਦਾ ਵੀ ਹੈ, ਉਹ ਫਿਰ ਵੀ ਧਰਨੇ 'ਤੇ ਬੈਠੇ ਅੱਜ ਕੱਲ੍ਹ, ਚਲੋ ਉਹਨਾਂ ਦਾ ਕੀ ਹੈ ਮੈਨੂੰ ਰੌਲਾ ਨਹੀਂ ਪਤਾ, ਪਰ ਵਪਾਰੀ ਨੂੰ ਜੋ ਮਿਲਣਾ ਚਾਹੀਦਾ ਨਹੀਂ ਮਿਲਦਾ। ਵਪਾਰੀ ਟੈਕਸ ਦਿੰਦਾ, ਹਰ ਕਈ ਤਰ੍ਹਾਂ ਦੇ ਟੈਕਸ ਦਿੰਦਾ, ਇੱਕ ਤਰ੍ਹਾਂ ਦੇ ਟੈਕਸ ਨਹੀਂ ਦਿੰਦਾ। ਅਤੇ ਵਪਾਰੀ ਉਮੀਦ ਰੱਖਦਾ ਵੀ ਜਿੱਦਾਂ ਹੁਣ ਪੈਨਸ਼ਨ ਦੇ ਤੌਰ 'ਤੇ ਸਰਕਾਰ ਕੁਝ ਸੋਚੇ, ਇਹ ਸਾਰੀ ਉਮਰ ਬੰਦਾ ਟੈਕਸ ਦਿੰਦਾ, ਹਰ ਕਿਸੇ ਨੇ, ਵਪਾਰੀ ਨੇ ਵੀ ਕੱਲ੍ਹ ਨੂੰ ਬੁੱਢਾ ਹੋਣਾ ਉਮਰ ਦੇ ਹਿਸਾਬ ਨਾਲ, 60 ਸਾਲ ਤੋਂ ਬਾਅਦ ਕੁਝ ਸੋਚਣਾ ਚਾਹੀਦਾ ਵੀ ਪੈਨਸ਼ਨ ਦੇ ਤੌਰ 'ਤੇ ਕੁਛ ਇੱਦਾਂ ਦਾ ਯੋਜਨਾ ਬਣਾਉਣੀ ਚਾਹੀਦੀ, ਵਪਾਰੀ ਨੂੰ ਕੁਛ ਨਾ ਕੁਛ ਮਿਲੇ, ਕਿਉਂਕਿ 60 ਸਾਲ ਤੋਂ ਬਾਅਦ ਦੀ ਉਮਰ ਦੇ ਵਿੱਚ ਵਪਾਰੀ ਉਸ ਕੰਡੀਸ਼ਨ 'ਚ ਨਹੀਂ ਹੁੰਦਾ ਵੀ ਬਿਜ਼ਨਸ ਕਰ ਸਕੇ। ਠੀਕ ਹੈ, ਜਿੱਦਾਂ ਹੁਣ ਸਰਕਾਰੀ ਬੰਦਿਆਂ ਨੂੰ ਪੈਨਸ਼ਨ ਮਿਲਦੀ ਹੈ, ਸਾਰੀ ਉਮਰ ਸਰਕਾਰ ਨੂੰ ਦਿੰਦੀ ਹੈ, ਵਪਾਰੀਆਂ ਬਾਰੇ ਕੁਛ ਸੋਚਣਾ ਚਾਹੀਦਾ, ਇਹੀ ਸਾਡੀ ਉਮੀਦ ਹੈਗੀ ਹੈ। ਠੀਕ ਹੈ। An excellent coaching point in IELTS and spoken English. Also expert in study and visitor visa. Government approved. SS Group. Session Chowk, Hoshiarpur.